ਸੋ ਸਤਾ ਰਹਿ ਮੇਲੇ ਨਾ ਸਾਰੇ ਕਹਿੰਦੇ ਰਾਣਾ ਤੂੰ ਆਪਣੀ ਜੇਬ ਚ 2 ਕਰੋੜ ਖਰਚ ਦੇ ਮੈਂ ਖਰਚ ਦੂੰਗਾ ਯਾਰ ਪੰਜਾਬ ਲਈ ਜਾਨ ਜਾ ਨਾ ਜਾ ਰਿਆ ਟਰੋਲਾ ਪੈਂਦਾ ਲੀਡਰਾਂ ਦਾ ਕਿ ਸਰਕਾਰ ਨੇ ਫੈਲਾ ਕੱਢ ਲਿਆ ਲੀਡਰ ਡਰੇ ਹੋਏ ਨੇ ਸਹਿਮੇ ਹੋਏ ਨੇ ਚੁੱਪ ਬੈਠੇ ਨੇ ਰਾਣਾ ਜੀ ਕਿੱਥੇ ਗਏ ਅਗਰ ਭਗਵੰਤ ਮਾਨ ਜੀ ਤੇ ਕਿਸੇ ਨੇ ਜਵਾਬ ਉਹਨਾਂ ਨੂੰ ਦਿੱਤਾ ਪਹਿਲੇ ਲਹਿਨ ਜਾਂ ਇੰਦਰਪ੍ਰਤਾਬ ਨੇ ਦਿੱਤਾ ਯਾਰ ਰਾਣਾ ਗੁਰਜੀਤ ਨੇ ਦਿੱਤਾ ਤੇ ਮੈਂ ਦਮਿਆ ਯਾਰ ਮੇਰੀ ਫਾਈਲ ਖੁੱਲ ਚੁਗੀ ਫਿਰ ਮੈਂ ਡਾਕੇ ਤਾਂ ਮਰੇ ਨਹੀਂ ਅੱਜ ਅਗਰ ਭਗਵੰਤ ਮਾਨ ਉਨਾ ਦੀ ਸਰਕਾਰ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਪ੍ਰੋਜੈਕਟ ਬੰਦ ਹੈ ਉਹ ਲੈਣ ਜਾ ਰਿਹਾ ਤੇ ਮੈਨੂੰ ਖੁਸ਼ੀ ਹੈ ਇਸ ਕਰਦੀ ਮੈਂ ਵਧਾਈ ਦੂੰਗਾ ਜਿਹਨੇ ਲੈ ਕੇ ਆਏ ਉਹ ਬੁਰਾ ਮੰਨੇ ਮੇਰੀ ਪਾਰਟੀ ਵਾਲਾ ਜੱਕ ਫਰ ਬੁਰਾ ਮੰਨੀ ਜਾਵੇ ਮੈਂ ਭਗਵਾਨਤ ਮੰਨ ਤੋਂ ਡਰ ਕੇ ਨਹੀਂ ਵਧਾਈ ਦੇਣੀ ਯਾਰ ਮੇਰੇ ਦਿਲ ਕਰਦਾ ਉਦਨ ਮੈਂ ਕੁਲਦਸਤਾ ਵੀ ਦੂੰ ਇਹਨੂੰ ਛੇਮ ਸਾਹਿਬ ਨੂੰ ਵਧਾਈ ਵੀ ਦੇ ਤੂੰ ਇਹ ਦੇਖੋ ਕਰ ਰਿਹਾ ਕਿ ਕੇਂਦਰ ਸਰਕਾਰ ਸਾਡੀ ਮੇਰੀ ਪਰਸਨਤ ਕੋਈ ਹੈ ਨਹੀਂ ਔਰ ਚਰਚਾ ਚਲਦੀ ਹੈ ਪਤਾ ਨਹੀਂ ਕਿਉਂ ਚਰਚਾ ਤਾਂ ਚਲੋ ਜੇ ਬੰਦਾ ਬੰਦੇ ਇਸ ਨੂੰ ਸੁਣਾ ਤੂੰਗਾ ਤਾਂ ਚਰਚਾ ਚੱਲੂਗੀ ਮੈਂ ਖੁਸ਼ ਹਾਂ ਇਸ ਗੱਲ ਦੇ ਕਿ ਚਰਚਾ ਚਲਦੀ ਹੈ ਹੈ ਜੀ ਅਮਿਸ਼ਿਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਅੱਜ ਅਸੀਂ ਗੱਲ ਕਰਨੀ ਹੈ ਹਲਕਾ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਨਾਲ ਰਾਣਾ ਸਾਹਿਬ ਲਗਾਤਾਰ ਖੇਤੀ ਦੀ ਗੱਲਾਂ ਬਾਤਾਂ ਕਰ ਰਹੇ ਨੇ ਉਹ ਚਾਹੇ ਵਿਧਾਨ ਸਭਾ ਹੋਵੇ ਚਾਹੇ ਫਿਰ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨੀ ਹੋਵੇ ਤਾਂ ਇਹ ਗੱਲਾਂ ਬਾਤਾਂ ਦੇ ਉੱਤੇ ਅੱਜ ਕੱਲ ਬਹਿਸ ਹੋ ਰਹੀ ਹੈ ਪਰ ਮੋਟੇ ਤੌਰ ਦੇ ਉੱਤੇ ਵਿਰੋਧੀ ਪਾਰਟੀਆਂ ਨੂੰ ਜਿਹੜੀ ਅੱਜ ਕੱਲ ਆਰੋਪ ਨੇ ਦੋਸ਼ ਨੇ ਉਹ ਲਗਾਉਂਦੇ ਹੋਏ ਨਜ਼ਰ ਨਹੀਂ ਆ ਰਹੇ ਕਿ ਰਾਣਾ ਗੁਰਜੀਤ ਜੀ ਇਹ ਸਭ ਤੋਂ ਬਾਹਰ ਰਹਿ ਰਹੇ ਨੇ ਜਾਂ ਫਿਰ ਕੋਈ ਤਰੀਕੇ ਦੇ ਨਾਲ ਕੋਈ ਇਹਨਾਂ ਦੀ ਵੀ ਫੈਡਿੰਗ ਫਾਈਲ ਫੂਲ ਤੇ ਸੈਟਿੰਗ ਸ਼ੂਟਿੰਗ ਹੋ ਗਈ ਗੱਲਬਾਤ ਇਹਨਾਂ ਨਾਲ ਕਰਦੇ ਆ ਰਾਣਾ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨੰਦਪ੍ਰੀਤ ਅ ਤੁਸੀਂ ਇੰਟਰਵਿਊ ਬਹੁਤ ਵਧੀਆ ਕਰਦੇ ਰਾਣਾ ਜੀ ਪਹਿਲਾ ਇਹ ਗੱਲ ਦੱਸਿਓ ਤੁਸੀਂ 15 ਮਹੀਨੇ ਤੋਂ ਗਾਇਬ ਕਿੱਥੇ ਹੋ ਕਿਉਂਕਿ ਰੌਲਾ ਪੈਂਦਾ ਲੀਡਰਾਂ ਦਾ ਕਿ ਸਰਕਾਰ ਨੇ ਫੈਲਾ ਕੱਢ ਲੀਆਂ ਲੀਡਰ ਡਰੇ ਹੋਏ ਨੇ ਸਹਿਮੇ ਹੋਏ ਨੇ ਚੁੱਪ ਬੈਠੇ ਨੇ ਰਾਣਾ ਜੀ ਕਿੱਥੇ ਗਏ ਨੇ ਰਾਣਾ ਗੁਰਜੀਤ ਸਿੰਘ ਬਗੈਰ ਮਤਲਬ ਦੇ ਕਿਸੇ ਦੀ ਗੱਲ ਨਹੀਂ ਪੈਂਦਾ ਹੁਣ ਮੈਂ ਜੇ ਭਗਵੰਤ ਮਾਨ ਦੀ ਆਮ ਆਦਮੀ ਦੀ ਸਰਕਾਰ ਹੈ ਤੇ ਬਿਲਾ ਵਜਾਈ ਉਨੂੰ ਕੋਸੀ ਜਾਵਾਂ ਮੇਰਾ ਇਹ ਕੰਮ ਨਹੀਂ ਨਿਜੀ ਅਟੈਕ ਕਰਾਂ ਮੇਰਾ ਕੰਮ ਨਹੀਂ ਬੰਦੇ ਦੀ ਫਿਤਰਤ ਹੁੰਦੀ ਆ ਸੁਭਾਅ ਹੁੰਦਾ ਸੁਭਾਅ ਕਿਸੇ ਦਾ ਨਹੀਂ ਬਦਲਿਆ ਜਾ ਸਕਦਾ ਮੇਰੇ ਤੇ ਕੋਈ ਅਟੈਕ ਕਰਦਾ ਤਾਂ ਮੈਂ ਖੁੱਲ ਕੇ ਕਰਦਾ ਇਹ ਅਗਰ ਭਗਵੰਤ ਮਾਨ ਜੀ ਤੇ ਕਿਸੇ ਨੇ ਜਵਾਬ ਉਹਨਾਂ ਨੂੰ ਦਿੱਤਾ ਪਹਿਲੇ ਰਣ ਜਾਂ ਇੰਦਰਪ੍ਰਤਾਬ ਨੇ ਦਿੱਤਾ ਯਾਰਾਂ ਨੇ ਗੁਰਜੀਤ ਨੇ ਦਿੱਤਾ ਤੇ ਮੈਂ ਦਬਿਆ ਯਾਰ ਮੇਰੀ ਫਾਈਲ ਖੁੱਲ ਜੂਗੀ ਫਿਰ ਮੈਂ ਡਾਕੇ ਤਾਂ ਮਰੇ ਨਹੀਂ ਤੇ ਜਿੱਦਨ ਖੁੱਲੇਗੀ ਉਦਨ ਜਵਾਬ ਦੇ ਦੇਵਾਂਗੇ ਮੈਂ ਕੋ ਮੈਂ ਸਰਕਾਰ ਚ ਰਹਿੰਦੇ ਹੋਏ ਕੋਈ ਗਲਤ ਕੰਮ ਨਹੀਂ ਕੀਤਾ ਤੇ ਜਿਹਨੂੰ ਲੋਕ ਗਲਤ ਕਹਿੰਦੇ ਸੀ ਉਹ ਕਲੀਨ ਚਿੱਟ ਮਿਲੀ ਹੈ ਵਿਧਾਨ ਸਭਾ ਚ ਰਿਪੋਰਟ ਪੇਸ਼ ਹੈ ਇਹ ਤਾਂ ਯਾਰ ਕੋਈ ਉਹ ਕਿਸੇ ਨੂੰ ਉੱਠ ਕੇ ਚੋਰ ਕਹਿ ਦੂ ਤੇ ਉਸ ਬਾਰਾਂ ਨੇ ਦਿੱਤਾ ਹੈ ਨਹੀਂ ਭਗਵੰਤ ਮਾਨ ਨੂੰ ਬਿਲਕੁਲ ਨਹੀਂ ਮੈਂ ਮੜਾ ਕਹੂੰ ਜਾਂ ਤੇ ਕੁ ਮੜਾ ਕੰਮ ਮੇਰੇ ਹਿਸਾਬ ਨਾਲ ਇਕਨੋਮਿਕਲੀ ਪੰਜਾਬ ਦੇ ਹਿੱਤ ਚ ਨਹੀਂ ਕਰਨਗੇ ਖੁੱਲ ਕੇ ਕੋਸਾਂਗਾ ਔਰ ਜੇ ਨਿੱਜੀ ਕੋਈ ਗੱਲ ਕਰਨੀ ਚਾਹਵੇਗੀ ਭਗਵੰਤ ਮਾਨ ਐ ਤਾਂ ਭਗਵੰਤ ਮਾਨੋ ਤੇ ਮੈਂ ਤਾਂ ਯਾਰ ਕਟਾਰੂ ਚੱਕਦੀ ਮੈਨੂੰ ਨਹੀਂ ਪਤਾ ਸੀ ਕਿ ਸਾਡੇ ਪ੍ਰਧਾਨ ਨੇ ਉੱਥੇ ਜਾਣਾ ਪ੍ਰੈਸ ਕਾਨਫਰੰਸ ਕਟਾਰੂ ਚੱਕਦੀ ਕਰਨੀ ਆ ਮੈਨੂੰ ਗੱਲਾਂ ਬਾਤਾਂ 'ਚ ਲੈ ਕੇ ਚਲੇ ਗਏ ਸੀ ਜਦੋਂ ਉੱਥੇ ਬੈਠੇ ਜਦੋਂ ਉਹਨਾਂ ਨੇ ਗੱਲ ਚ ਉਹਨਾਂ ਨੇ ਪਹਿਲਾਂ ਕੰਡੈਮਨ ਕੀਤਾ ਕਟਾਰੂ ਚੱਕਦੀ ਮੇਰੇ ਨਾਲ ਕਾਰਜ 'ਚ ਕੀ ਗਲਤ ਹੋਇਆ ਇਦਾਂ ਪਰਸਨਲੀ ਕਿਸੇ ਨਾਲ ਹੋਣਾ ਚਾਹੀਦਾ ਜਾ ਕੇ ਪ੍ਰੈਸ ਕਾਨਫਰੰਸ ਉਹ ਕੀਤੀ ਤੇ ਮੈਂ ਤਾਂ ਉੱਥੇ ਵੀ ਮੈਂ ਮੈਨੂੰ ਮੈਨੂੰ ਮੈਂ ਸ਼ਰਮ ਨਾਲ ਮਰ ਰਿਹਾ ਸੀਗਾ ਕਿ ਮੈਂ ਬੋਲਾ ਮੈਂ ਉੱਠ ਕੇ ਚਲ ਜਾ ਕਿ ਕਰਾਂ ਉੱਠ ਕੇ ਜਾਂਦਾ ਸੀ ਪ੍ਰਧਾਨ ਦੀ ਬੇਇੱਜ਼ਤੀ ਹੁੰਦੀ ਸੀ ਮੈਂ ਆਪਣੀ ਜ਼ਮੀਰ ਨੂੰ ਮਾਰ ਕੇ ਉੱਥੇ ਬੈਠਾ ਰਿਹਾ ਸੋ ਮੈਂ ਕਿਸੇ ਦੀ ਨਿੱਜੀ ਵਾਦੇ ਤੇ ਮੈਂ ਨਹੀਂ ਟਿੱਪਣੀ ਕਦੇ ਵੀ ਕਰਦਾ ਹਾਂ ਜੀ ਤੁਸੀਂ ਕੀ ਮੰਨਦੇ ਹੋ ਰਾਜਨੀਤੀ ਤਾਂ ਹੁਣ ਹੋਏ ਇਹੋ ਜਿਹੀ ਗਈ ਉਹ ਕਹਿੰਦੇ ਕਿ ਨਿੱਜੀ ਉਹਦੇ ਪਰਿਵਾਰ ਤੱਕ ਜਾਓ ਕਿਸੇ ਦੇ ਪੋ ਥੋੜੇ ਫੋਲ ਦਿਓ ਇੱਥੋਂ ਤੱਕ ਜਾ ਚਲੀ ਗਈ ਹੈ ਰਾਜਨੀਤੀ ਤੁਸੀਂ ਕਹਿ ਰਹੇ ਹੋ ਰਾਜਨੀਤੀ ਇਸ ਤਰੀਕੇ ਦੀ ਨਹੀਂ ਹੋਣੀ ਚਾਹੀਦੀ ਇਹ ਰਾਜਨੀਤੀ ਦਾ ਬਦਲਦਾ ਹੋਇਆ ਸ਼ਿਫਟ ਹੈ ਇਹ ਤੁਹਾਨੂੰ ਲੱਗਦਾ ਕਿ ਜੋ ਕੁਝ ਕੋਈ ਕਰਦਾ ਕਰੀ ਜਾਵੇ ਪਰ ਰਾਣਾ ਗੁਰਜੀਤ ਦੀ ਲਾਈਨ ਕੁਝ ਹੋਰ ਹੈ ਮੇਰੇ ਤੇ ਵੀ ਲੋਕ ਬਹੁਤ ਬੋਲੇ ਹੋਣਗੇ ਲੇਕਿਨ ਮੈਂ ਕਿਸੇ ਦੇ ਪਰਿਵਾਰ ਤੇ ਬੋਲਣਾ ਪਸੰਦ ਨਹੀਂ ਕਰਦਾ ਮੈਂ ਇਹ ਚਾਹੁੰਨਾ ਕਿ ਮੋਢਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਆ ਪੰਜਾਬ ਕਿਦਾਂ ਦਾ ਚਾਹੀਦਾ ਪੰਜਾਬ ਦੀ ਖੇਤੀਬਾੜੀ ਕੀ ਹੋਣੀ ਚਾਹੀਦੀ ਆ ਪੰਜਾਬ ਦੇ ਬਿਜਲੀ ਦੇ ਜਿਹੜੇ ਸਮਝੌਤੇ ਸੀਗੇ ਜਦੋਂ ਮੈਂ ਵਜ਼ੀਰ ਬਣਿਆ ਮੈਂ ਉਹਨਾਂ ਤੇ ਗੱਲਬਾਤ ਕੀਤੀ ਸ਼ਾਇਦ ਇਹ ਵੀ ਇੱਕ ਕਾਰਨ ਹੋਊਗਾ ਤੇ 65000 ਕਰੋੜ ਦਾ ਨੁਕਸਾਨ ਪੰਜਾਬ ਨੂੰ 25 ਸਾਲਾਂ ਚ ਹੋਣਾ ਵਾਈਟ ਪੇਪਰ ਆਉਣਾ ਸੀ ਸੁਣਦੇ ਰਹਿ ਗਏ ਸਾਡੇ ਵਜ਼ੀਰਾਂ ਨੇ ਕਿਹਾ ਵਾਈਟ ਪੇਪਰ ਨਹੀਂ ਦਿੱਤਾ ਤਾਂ ਅਸੀਂ ਬਲੈਕ ਪੇਪਰ ਛਾਪਾਂਗੇ ਵਿਧਾਨ ਸਭਾ ਚ ਰਿਕਾਰਡ ਆ ਨਾ ਵਾਈਟ ਆ ਨਾ ਬਲੈਕ ਆਇਆ ਹੁਣ ਜਿੱਥੇ ਤੁਸੀਂ ਕਹਿ ਰਹੇ ਹੋ ਭਗਵੰਤ ਮਾਨ ਜੀ ਆਵਾ ਮੇਂ ਪਾਰਟੀ ਦੀ ਸਰਕਾਰ ਨੂੰ ਰਣਾ ਮਾੜਾ ਨਹੀਂ ਕਹਿੰਦਾ ਵੇਖੋ ਜਿਹੜੀ ਮੁੱਦੇ ਦੀ ਗੱਲ ਹੋਏਗੀ ਮੈਂ ਜ਼ਰੂਰ ਕਰਾਂਗਾ ਭਗਵੰਤ ਮਾਨ ਮੁੱਖ ਮੰਤਰੀ ਦੀ ਸਟੇਟਮੈਂਟ ਆਈ ਕਿ ਭਈ ਅਸੀਂ ਕੋਇੰਦਵਾਲ ਪ੍ਰੋਜੈਕਟ ਪਾਵਰ ਪ੍ਰੋਜੈਕਟ ਲੈ ਲੈਣਾ ਮੈਂ ਸਲਾਹਗਾ ਕੀਤੀ ਉਹਦੀ ਮੈਂ ਕਿਹਾ ਯਾਰ ਬੜੀ ਅੱਛੀ ਬਾਤ ਹੈ ਇਹ ਮੈਂ ਜਦੋਂ ਪਾਵਰ ਮਨਿਸਟਰ ਸੀ ਰਾਜਪੁਰੇ ਵਾਲੇ ਪ੍ਰੋਜੈਕਟ ਆਪਣਾ ਵੇਚ ਰਹੇ ਸੀ 10000 ਕਰੋੜ ਚ ਮੈਂ ਪੀਐਸਪੀਸੀਐਲ ਵਾਲਿਆਂ ਨਾਲ ਗੱਲ ਕੀਤੀ ਮੈਂ ਕਿ ਆਪਾਂ ਨੂੰ ਲੈਣਾ ਚਾਹੀਦਾ ਲੇਕਿਨ ਉਸ ਵੇਲੇ ਦੀ ਸਰਕਾਰ ਥੋੜੀ ਮਸਤ ਸਰਕਾਰ ਸੀ ਨਹੀਂ ਲੈ ਪਾਏ ਅਸੀਂ ਵਜ਼ੀਰ ਕੁਝ ਨਹੀਂ ਹੁੰਦਾ ਡਿਸੀਜਨ ਮੁੱਖ ਮੰਤਰੀ ਨੇ ਲੈਣਾ ਹੁੰਦਾ ਤੇ ਉਹ ਨਹੀਂ ਲੈ पाए ਅੱਜ ਜੇਕਰ ਭਗਵੰਤ ਮਾਨ ਉਹਨਾਂ ਦੀ ਸਰਕਾਰ 540 ਮੈਗਾਵਾਟ ਦਾ ਗੋਵਿੰਦਵਾਲ ਸਾਹਿਬ ਦਾ ਜਿਹੜਾ ਪ੍ਰੋਜੈਕਟ ਬੰਦ ਹੈ ਉਹ ਲੈਣ ਜਾ ਰਿਹਾ ਤਾਂ ਮੈਨੂੰ ਖੁਸ਼ੀ ਇਸ ਗੱਲ ਦੀ ਮੈਂ ਵਧਾਈ ਦੂੰਗਾ ਜਦਨੇ ਲੈ ਕੇ ਆਏ ਕੋਈ ਬੁਰਾ ਮੰਨੇ ਮੇਰੀ ਪਾਰਟੀ ਵਾਲਾ ਡੱਕ ਫਰ ਬੁਰਾ ਮੰਨੀ ਜਾਵੇ ਮੈਂ ਭਗਵੰਤ ਮਾਨ ਤੋਂ ਡਰ ਕੇ ਨਹੀਂ ਵਧਾਈ ਦੇਣੀ ਯਾਰ ਮੇਰੇ ਦਿਲ ਕਰਦਾ ਕਿ ਜੇ ਕੋ ਚੰਗਾ ਕੰਮ ਹੈ ਉਹਨੂੰ ਚੰਗਾ ਕਹੋ ਜੇ ਮਾੜਾ ਹੈ ਉਹਨੂੰ ਮਾੜਾ ਕਹੋ ਹੁਣ ਮਾੜਾ ਕੀ ਕੀਤਾ ਭਗਵੰਤ ਮਾਨ ਨੇ ਯਾਰ ਉਹ 15 ਮਹੀਨੇ ਦੀ ਸਰਕਾਰ ਹੈ ਇਹਨਾਂ 15 ਮਹੀਨਿਆਂ ਦੇ ਵਿੱਚ ਸਾਡੀ ਅਸੀਂ ਵਾਈਟ ਪੇਪਰ ਲਿਆਉਣਾ ਸੀ ਨਹੀਂ ਲਿਆ ਪਾਏ ਅਸੀਂ 111 ਦਿਨ ਦੀ ਚੰਨੀ ਸਰਕਾਰ ਨੇ ਐਗਰੀਮੈਂਟ ਰੱਦ ਕਰ ਦਿੱਤੇ ਠੀਕ ਰੱਦ ਕੀਤੇ ਗਲਤ ਕੀਤੇ ਉਹ ਯਾਰੋ ਇਹਨਾਂ ਨੇ ਦੇਖੇ ਚੱਕ ਕੇ ਕਿ ਇਹਨਾਂ ਦੀ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਜੇ ਉਹ ਆਪਾਂ ਐਗਰੀਮੈਂਟ ਰੱਦ ਕੀਤੇ ਆ ਤੇ ਯਾਰੋ ਸਹੀ ਕੀਤੇ ਆ ਤਾਂ ਕਹੋ ਯਾਰ ਰੱਦ ਕੀਤੇ ਤੇ ਉਹਨੂੰ ਦਿਓ ਨੋਟਿਸ ਕਿਉਂ ਨਹੀਂ ਗਏ ਨੋਟਿਸ ਜੇ ਗਲਤ ਕੀਤਾ ਤਾਂ ਸਾਡੇ ਸਿਰ ਖੇ ਪਾਓ ਕੀ ਯਾਰ ਤੁਸੀਂ ਐਵੇਂ ਹਵਾਚੀ ਕਰ ਗਏ ਇਹਨੂੰ ਕੁਛ ਤੇ ਕਹੋ ਰਣਜੀਤ ਤੁਸੀਂ ਬੜਾ ਰੋਲਾ ਪਾਉਂਦੇ ਰਹੇ ਸਰਕਾਰ ਚ ਵੀ ਤੁਸੀਂ ਰੋਲਾ ਪਾਇਆ ਕਿ ਇਹ ਜਿਹੜੇ ਬਾਦਲਾਂ ਦੇ ਸਮੇਂ ਹੋਏ ਸੀਗੇ ਬਿਜਲੀ ਸਮਝੋਤੇ ਇਹਨਾਂ ਨੂੰ ਰੱਦ ਕਰੋ ਨਾ ਤਾਂ ਉਸ ਵੇਲੇ ਤੁਹਾਡੀ ਸਰਕਾਰ ਨੇ ਤੁਹਾਡੀ ਸੁਣੀ ਤਾਂ ਤੁਹਾਨੂੰ ਕੀ ਲੱਗਦਾ ਹੁਣ ਤਾਂ ਤੁਸੀਂ ਵਿਰੋਧੀ ਧਿਰ ਚ ਬੈਠੇ ਹੋ ਹੁਣ ਆਲੇ ਤੁਹਾਡੀ ਗੱਲ ਕਿਉਂ ਸੁਣਨਗੇ ਉਹ ਤਾਂ ਤੁਹਾਨੂੰ ਸਿੱਧਾ ਕਹਿਣਗੇ ਨਾ ਜੀ ਤੁਸੀਂ ਤਾਂ ਕਰਾ ਨਹੀਂ ਸਕੇ ਅਸੀਂ ਤਾਂ ਕਰਾਂਗੇ ਅਸੀਂ ਤਾਂ ਦੇਖਾਂਗੇ ਕਿਵੇਂ ਕਰਨਾ ਦੇਖਣਾ ਨਹੀਂ ਦੇਖੋ ਰੱਦ ਹੋ ਚੁੱਕੇ ਆ ਲੇਕਿਨ ਉਹਦੇ ਤੇ ਐਕਸ਼ਨ ਕੀ ਹੋਇਆ ਉਹਦੇ ਬਾਅਦ ਇਹ ਸਰਕਾਰ ਦਾ ਕੰਮ ਹੈ ਨਹੀਂ ਰਣਾ ਜੀ ਰੱਦ ਨਹੀਂ ਹੋਏ ਉਹ ਕੋਰਟ ਚ ਜਾ ਕੇ ਸਟੇ ਲੈ ਆਏ ਉਹ ਲੈ ਆਏ ਸਟੇ ਤਾਂ ਉਹਨੂੰ ਫਾਲੋ ਅਪ ਕਰਕੇ ਦੱਸਣ ਲੋਕਾਂ ਨੂੰ ਉਹਨਾਂ ਨੂੰ ਦੇਖੋ ਅੱਜ ਜਿਹੜਾ ਸਾਡਾ ਆਪਾਂ ਗੋਇੰਦਵਾਲ ਪਾਰ ਪ੍ਰੋਜੈਕਟ ਦੀ ਗੱਲ ਕਰੀਏ ਨਾ ਸਾਨੂੰ ਪਿਛਵਾੜਾ ਮਾਈਨ ਜਿਹੜੀ ਮਿਲੀ ਹੈ ਉਹ ਬਹੁਤ ਅੱਛੀ ਕੋਲਾ ਦਾ ਤੇ ਉਹਦੀ ਰਿਕਵਰੀ ਕਲੋਰੀਫਿਕ ਵੈਲਿਊ ਕੋਲੇ ਦੀ ਬੜੀ ਅੱਛੀ ਆ ਹਾਂਜੀ ਸਲਫਰ ਕੰਟੈਂਟ ਘਟਿਆ ਉਹਦੇ ਉਹ ਕੋਲਾ ਵਰਤਨ ਨਾਲ ਸਾਡਾ 1 ਰੁਪਏ ਪ੍ਰਾਈਵੇਟ ਜਿਹੜਾ ਕੋਲਾ ਜਿਹੜਾ ਮਾਰਕੀਟ ਚੋਂ ਲੈਂਦੇ ਆ ਕੋਲ ਇੰਡੀਆ ਤੋਂ ਲੈਂਦੇ ਆ ਉਹਦੇ ਨੂੰ 1 ਰੁਪਈਏ 90 ਪੈਸੇ ਪਰ ਯੂਨਿਟ ਸਾਡਾ ਕੋਲਾ ਵਰਤਾਂਗੇ ਜੇ ਅਸੀਂ ਆਪਣਾ ਗੋਇੰਦਵਾਲ ਦੇ ਵਿੱਚ ਤਾਂ ਘੱਟ ਪਏਗਾ ਇੱਕ ਯੂਨਿਟ 1 ਰੁਪਈਏ 90 ਪੈਸੇ ਤੇ ਸਾਡੇ ਨਾਲ ਪ੍ਰਾਈਵੇਟ ਪਾਰਟੀ ਤੇ ਕੋਈ ਕੰਪੀਟੀਟ ਨਹੀਂ ਕਰ ਸਕਦੀ ਆਫਟਰ ਆਲ ਅਸੀਂ ਉਹਦੀ ਬਿਡ ਦਿੱਤੀ ਜੇ ਅਸੀਂ ਬਿਡ ਹਾਇਰ ਤੇ ਵੀ ਲਿਆ ਤੇ ਉਹਨਾਂ ਨੂੰ ਐਜ ਸਾਨੂੰ 1 ਰੁਪਈਏ 90 ਪੈਸੇ ਦੀ ਆ ਉਹ 25 ਪੈਸੇ ਤੇ ਖੇਲਦੇ ਆ ਉਹ 40 ਪੈਸੇ ਤੇ ਖੇਲਦੇ ਆ ਤੇ ਸਾਢੇ ਕੋ 1.5 ਰੁਪਿਆ ਫਿਰ ਵੀ ਆਏਗਾ ਸੋ ਮੇਰਾ ਮਤਲਬ ਹੈ ਮੈਂ ਨਹੀਂ ਸਮਝਦਾ ਕਿ ਕਿਸੇ ਹਿਸਾਬ ਨਾਲ ਵੀ ਅਸੀਂ ਗੋਇੰਦਵਾਲ ਦਾ ਪ੍ਰੋਜੈਕਟ ਨਾਲ ਲਈਏ ਗੱਲ ਵੱਖਰੀ ਛੱਡਣਾ ਨਹੀਂ ਚਾਹੀਦਾ ਸਾਨੂੰ ਲੈਣਾ ਚਾਹੀਦਾ ਔਰ ਜਦਨ ਪ੍ਰਧਾਨ ਦੀ ਸਰਕਾਰ ਉਦਨ ਮੈਂ ਗੁਲਦਸਤਾ ਵੀ ਦਊ ਇਹਨੂੰ ਛੇਮ ਸਾਹਿਬ ਨੂੰ ਵਧਾਈ ਵੀ ਦਊ ਜੇ ਗਵਰਨਮੈਂਟ ਨਹੀਂ ਲੈਂਦੀ ਤਾਂ ਕੋਈ ਪ੍ਰਾਈਵੇਟ ਪਲੇਅਰ ਆ ਜਾਂਦਾ ਤਾਂ ਫਿਰ ਤੁਹਾਨੂੰ ਖੁਸ਼ੀ ਹੋਏਗੀ ਜਾਂ ਫਿਰ ਤੁਹਾਨੂੰ ਹੋਏਗਾ ਵੀ ਨਹੀਂ ਹੁਣ ਗੱਲ ਨਹੀਂ ਬਣੀ ਜਿਸ ਬੰਦੇ ਨੂੰ ਮੈਂ ਗੁਲਦਸਤਾ ਦੇਣ ਜਾਣਾ ਕੁਛ ਜੀ ਦੇਣਾ ਜਾਣਾ ਇਹ ਤਾਂ ਤੁਹਾਡਾ ਸਵਾਲ ਹੀ ਗਲਤ ਹੈ ਤੇ ਸਵਾਲ ਤੇ ਹੈ ਕਿ ਮੈਂ ਜੇ ਗੁਲਦਸਤਾ ਦੇਣਾ ਮਨੋਂ ਦੇਣਾ ਕਿ ਯਾਰ ਇੱਕ ਕੰਮ ਚੰਗਾ ਕੀਤਾ ਤੁਹਾਡੀ ਪਾਰਟੀ ਤੁਹਾਡੇ ਖਿਲਾਫ ਹੋ ਸਕਦੀ ਇਸ ਗੱਲ ਕਾਰਵਾਈ ਹੋ ਸਕਦੀ ਯਾਰ ਕਾਰਵਾਈ ਹੁਣ ਜੇ ਪੰਜਾਬ ਹਿੱਤ ਦੇ ਵਿੱਚ ਕੋਈ ਚੰਗਾ ਕੰਮ ਹੋ ਰਿਹਾ ਉਹਦੀ ਮੈਂ ਸ਼ਲਾਘਾ ਕਰਾਂ ਇਕਨੋਮਿਕਲੀ ਜਿੱਥੇ ਗਲਤ ਨੇ ਮੈਨੂੰ ਸਵਾਲ ਕਰੋ ਮੈਂ ਦੱਸੂਗਾ ਇੱਥੇ ਗਲਤ ਨੇ ਮੈਂ ਤੁਹਾਨੂੰ ਇਹ ਵੀ ਕਿਹਾ ਨਾ ਕਿ ਪਾਵਰ ਪ੍ਰੋਜੈਕਟਸ ਤੇ ਐਗਰੀਮੈਂਟਸ ਤੇ ਸਰਕਾਰ ਨੇ ਕੀ ਕੀਤਾ ਵਾਟ ਹੈਵ ਦੇ ਡਨ ਦੇ ਸ਼ੁੱਡ ਟੈਲ ਵਾਈਟ ਪੇਪਰ ਅਸੀਂ ਨਹੀਂ ਲਿਆ ਪਾ ਇਹ ਲੈ ਹੁਣ ਵਾਈਟ ਪੇਪਰ ਇਹਨਾਂ ਤਾਂ ਕੋਈ ਕੰਮ ਨਹੀਂ ਨਾ ਕੀਤਾ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ ਵਾਈਟ ਪੇਪਰ ਕਹਦਾ ਕਿ ਸਰਕਾਰ ਦਾ ਲਿਆਉਣਾ ਉਹ ਕਾਲੀ ਦਲ ਦੇ ਵੇਲੇ ਤਾਂ ਲਿਆਉਣਾ ਉਹ ਚ ਕਾਂਗਰਸ ਨੂੰ ਕੀ ਤਕਲੀਫ ਸੀ ਲਿਆਉਣ ਚ ਨਹੀਂ ਆਇਆ ਹੁਣ ਲਿਆਓ ਦੋ ਦਿਨ ਦਾ ਸੈਸ਼ਨ ਚੱਲੂ ਮੁੱਖ ਮੰਤਰੀ ਸਾਹਿਬ ਤੁਹਾਡੇ ਸਾਹਮਣੇ ਬੈਠਣਗੇ ਕਿ ਰਾਣਾ ਗੁਰਜੀਤ ਜੀ ਖੁੱਲ ਕੇ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣਗੇ ਜਾਂ ਫਿਰ ਜਿਹੜੀਆਂ ਦੋਨੋਂ ਗੱਲਾਂ ਤੁਸੀਂ ਹੁਣ ਮੀਡੀਆ ਚ ਕਰ ਰਹੇ ਹੋ ਇਹ ਗੱਲਾਂ ਕਹਿਣਗੇ ਦੋਨੋਂ ਕਿ ਗੋਇੰਦਵਾਲ ਸਾਹਿਬ ਵਾਲਾ ਤੇ ਇਹ ਜਿਹੜੇ ਬਿਜਲੀ ਸਮਝੌਤੇ ਨੇ ਰੱਦ ਕਰੋ ਰਾਣਾ ਗੁਰਜੀਤ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਦੇ ਆਪਗਵੰਤ ਮਾਨ ਸਾਹਿਬ ਦਾ ਸਵਾਗਤ ਕਰੂ ਦੇਖੋ ਮੌਕਾ ਸਪੀਕਰ ਨੇ ਦੇਣਾ ਹੁੰਦਾ ਤੇ ਜੇ ਮੌਕਾ ਮਿਲਿਆ ਤੇ ਮੈਂ ਉੱਠ ਕੇ ਕਹੂੰਗਾ ਜ਼ਰੂਰ ਤੁਮ ਤਾਂ ਮੌਕਾ ਦੇ ਦਿੰਦੇ ਨੇ ਸਪੀਕਰ ਸਾਹਿਬ ਨਹੀਂ ਮੈਨੂੰ ਨਹੀਂ ਮੈਨੂੰ ਕਦੇ ਇਦਾਂ ਨਾ ਮੇਰੇ ਨਾਲ ਨਹੀਂ ਮੈਂ ਜਾਂਦਾ ਹੀ ਨਹੀਂ ਇਹ ਨਹੀਂ ਕਿ ਮੇਰੇ ਉਲਟ ਨੇ ਸਪੀਕਰ ਤਾਂ ਸਾਰਿਆਂ ਦਾ ਸੰਝਾਂਦਾ ਤੇ ਜੇ ਮੈਨੂੰ ਮੌਕਾ ਮਿਲੇਗਾ ਜ਼ਰੂਰ ਕਹਾਂਗਾ ਇਹ ਛਲਾਗਾ ਇਹ ਕਦਮ ਹੋਏਗਾ ਛੇਈ ਨੂੰ ਸਹੀ ਕਹਿਣਾ ਕਿ ਮਾੜੀ ਗੱਲ ਐ ਮੇਰੀ ਪਾਰਟੀ ਵੀ ਮੈਨੂੰ ਕਿਉਂ ਕਹੇਗੀ ਕਿਸ ਗੱਲ ਤੇ ਕਹੇਗੀ ਕਿ ਮੈਂ ਪੰਜਾਬ ਮੇਤੀ ਗੱਲ ਕਰ ਰਿਹਾ ਅੱਛਾ ਰਾਣਾ ਜੀ ਮੈਂ ਨਾ ਪਿਛਲੇ ਮਹੀਨਿਆਂ ਦੇ ਵਿੱਚ ਰਾਣਾ ਇੰਦਰਪ੍ਰਤਾਪ ਦਾ ਇੰਟਰਵਿਊ ਕੀਤਾ ਉਹਨਾਂ ਨੇ ਕਿਹਾ ਕਿ ਮੇਰੇ ਸਤਕਾਰਯੋਗ ਬਾਪੂ ਜੀ ਕੋਲੇ ਇੱਕ ਫਾਰਮੂਲਾ ਹੈਗਾ ਸਰਕਾਰ ਉਹਨਾਂ ਨੂੰ ਕੰਮ ਕਰਨ ਦਵੇ ਉਹ ਫਾਰਮੂਲੇ ਦੇ ਨਾਲ ਕਿਸਾਨਾਂ ਦੀ ਜੀਉਨ ਸੁਧਰ ਜੂ ਨਾਲੇ ਤਾਂ ਕਿਸਾਨਾਂ ਨੂੰ ਆਮਦਨ ਹੋ ਜੂ ਦੁੱਗਣੀ ਭਾਵੇਂ ਕੇਂਦਰ ਵਾਲੇ ਸਰਕਾਰ ਵਾਲੇ ਤਾਂ ਕਹਿੰਦੇ ਸੀ ਬੀਜੇਪੀ ਵਾਲੇ ਦੁਗਣੀ ਕਰਨ ਉਹਨਾਂ ਕੋਲ ਤਾਂ ਨਹੀਂ ਹੋਈ ਪਰ ਉਹ ਕਹਿੰਦੇ ਰਾਣਾ ਜੀ ਕੋਲ ਹੈਗਾ ਇਹੋ ਜਿਹਾ ਕੋਈ ਗਿੱਦੜ ਸਿੰਘੀ ਹੈਗੀ ਕੋਈ ਫਾਰਮੂਲਾ ਹੈਗਾ ਤੁਹਾਡੇ ਕੋਲੇ ਕੀ ਹੈਗਾ ਉਹ ਦੇਖੋ ਫਾਰਮੂਲਾ ਤਾਂ ਹੈਗਾ ਜੇ ਕਿਸੇ ਦਿਨ ਚਾਹੇ ਸੈਂਟਰ ਵਾਲੇ ਭਾਵੇਂ ਬੀਜੇਪੀ ਦੀ ਸਰਕਾਰ ਆ ਜਾਂ ਸਟੇਟ ਵਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੇ ਮੈਨੂੰ ਬੁਲਾ ਕੇ ਮੇਰੇ ਨਾਲ ਵਿਚਾਰ ਵਿਮਰਸ਼ ਕਰਨਗੇ ਤਾਂ ਮੈਂ ਜ਼ਰੂਰ ਪੰਜਾਬ ਵਿੱਚ ਆਪਣਾ ਟਿੱਡ ਕੋਲਾਣਾ ਮੇਰੇ ਵਾਲਿਆਂ ਤਾਂ ਮੰਨੀ ਨਹੀਂ ਮੇਰੀ ਤੂੰ ਸੀ ਵੀ ਕੇ ਜੀ ਰੌਸ ਸਾਹਿਬ ਨੂੰ ਕਹਿੰਦਾ ਵੀ ਚਾਹ ਦੇ ਕੱਪ ਤੇ ਸੱਦਨ ਫਿਰ ਦੱਸੋਗੇ ਹੱਲ ਆ ਬਿਲਕੁਲ ਠੀਕ ਹੈ ਵਾਈ ਨਾਟ ਉਦੋਂ ਬੋਲਦੇ ਫਿਰ ਹੋਰ ਗੱਲ ਰੁੱਲ ਜਾਂਦੀ ਆ ਮੈਂ ਬੋਲਿਆ ਤਾਂ ਆਪਣੀ ਸਰਕਾਰ ਚ ਬਹੁਤ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਮੈਨੂੰ 20 ਕਰੋੜ ਨਹੀਂ ਦਿੱਤਾ ਨਹੀਂ ਮੈਂ ਕਰਕੇ ਦਿਖਾ ਦੇਣਾ ਸੀ ਵੀ ਇਦਾਂ ਹੋ ਸਕਦਾ ਅੱਛਾ ਤੁਹਾਨੂੰ ਕਿੰਨੇ ਕ ਕਰੋੜ ਚਾਹੀਦਾ ਸਰਕਾਰ ਤੋਂ 20 ਕਰੋੜ ਰੁਪਈਆ ਯਾਰ 20 ਕਰੋੜ ਰੁਪਈਆ ਮੈਂ ਦੱਸ ਦੂੰਗਾ ਜੇ ਮੇਰਾ ਮਾਡਲ ਪਸੰਦ ਆ ਗਿਆ ਤਾਂ ਕਰ ਲਿਓ ਨਹੀਂ ਆ ਤਾਂ ਨਾ ਕਰਿਓ ਸੋਕਣਾ ਤੁਹਾਡੇ ਕੋ ਵੀ ਪਰਮਾਤਮਾ ਨੇ ਬਥੇਰੇ ਦਿੱਤੇ ਨੇ ਤੇ ਪੰਜਾਬ ਹਿੱਤ ਦੇ ਵਿੱਚ ਤੁਸੀਂ ਵੀ ਤਾਂ ਕਰ ਹੀ ਸਕਦੇ ਹੋ ਚਲੋ ਅਸੈਂਬਲੀ ਸਾਰੀ ਕੈਦ ਵੀ ਰਾਣੇ ਤੂੰ ਕਰਦੇ ਰਾਣਾ ਕਰ ਤੂੰ ਅੱਛਾ ਇਹ ਸਰਕਾਰ ਕਹਿ ਰਹੀ ਹੈ ਕਿ 117 ਮੇਲੇ ਨਾ ਸਾਰੇ ਕੈਂਡ ਰਾਣੇ ਤੂੰ ਆਪਣੀ ਜੇਬ ਚ 20 ਕਰੋੜ ਖਰਚ ਦੇ ਮੈਂ ਖਰਚ ਦੂੰਗਾ ਯਾਰ ਪੰਜਾਬ ਲਈ ਜਾਨ ਜਾਨ ਆਜ ਰਿਆ ਤੁਸੀਂ 20 ਕਰੋੜ ਦੀ ਗੱਲ ਕਰਦੇ ਹੋ ਅਛਾ ਰਾਣਾ ਜੀ ਇੱਕ ਲਿਖਿਆ ਇਹ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਹਿੱਤ ਦੇ ਵਿੱਚ ਦੇਖੋ ਅਸੀਂ ਐ ਐਮਐਸਪੀ ਵੀ ਦੇਵਾਂਗੇ ਵਾਅਦੇ ਬਾਅਦ ਫਸਲਾਂ ਤੇ ਉੱਤੇ ਤੇ ਪਹਿਲੀ ਵਾਰ ਉਹ ਕਹਿ ਰਹੇ ਨੇ ਕਿ ਪਿਛਲੇ 20 25 ਸਾਲਾਂ ਦੇ ਵਿੱਚ ਪੰਜਾਬ ਦੇ ਖਾਲਿਆਂ 'ਚ ਪਾਣੀ ਆਇਆ ਹੈਗਾ ਟੇਲਾਂ ਤੇ ਪਾਣੀ ਆਇਆ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਫੈਸਲੇ ਨੂੰ ਦੇਖੋ ਜਿੱਥੇ ਪਹੁੰਚਿਆ ਇਹ ਤਾਂ ਉਹ ਲੋਕ ਦੱਸ ਸਕਦੇ ਆ ਔਰ ਉਥੇ ਦੇ ਲੋਕਾਂ ਨੂੰ ਇਹਨਾਂ ਨੂੰ ਲਿਆ ਲਿਆ ਬਿਆਨ ਵੀ ਦੇਉਣੇ ਚਾਹੀਦੇ ਆ ਕਹਿਣਾ ਵੀ ਚਾਹੀਦਾ ਲੋਕ ਵੀ ਕਹਿਣ ਤੇ ਇੱਕ ਦਿਨ ਦੋ ਦਿਨ ਨਹੀਂ ਲਗਾਤਾਰ ਹੋਣਾ ਚਾਹੀਦਾ ਔਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਮੈਂ ਯਾਰ ਇੱਕ ਖੇਤੀਬਾੜੀ ਨੂੰ ਸਮਝਦਾ ਮੈਂ ਪਾਣੀ ਨੂੰ ਸਮਝਦਾ ਮੈਂ ਇੰਡਸਟਰੀ ਨੂੰ ਸਮਝਦਾ ਇਹਨਾਂ ਗੱਲਾਂ ਦੇ ਤਾਂ ਮੈਂ ਤੁਹਾਡੇ ਨਾਲ ਕੋਈ ਸੁਝਾਅ ਸੁਣ ਵੀ ਸਕਦਾ ਤੁਹਾਡਾ ਜੇ ਸਹੀ ਹੋਊਗਾ ਤੁਹਾਡੀ ਸਲਾਹਾ ਵੀ ਕਰੂੰਗਾ ਔਰ ਜੇ ਮੈਨੂੰ ਨਾ ਸਮਝ ਆਇਆ ਤੁਹਾਡੇ ਤੋਂ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ ਲੇਕਿਨ ਵਿਚਾਰ ਮਰਸ਼ ਕਰਨ ਲਈ ਮੈਨੂੰ ਜਦੋਂ ਮਰਜੀ ਸੱਦੋ ਆਈ ਐਮ देयर ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਲੋਕ ਮੱਕੀ ਦੀ ਐਮਐਸਪੀ ਪਾਲਦੇ ਫਿਰਦੇ ਆ ਮੱਕੀ 8800 9900 ਰੁਪਏ ਵਿਕਰੀ ਹੈ 700 ਰੁਪਏ ਵੀ ਵਿਕਰੀ ਹੈ ਡਿਬੇਟੇਬਲ ਕਿਉਂ ਵਿਕਰੀ ਹੈ 7800 ਰੁਪਏ ਗਹਿਰਾਈ ਤੇ ਜਾਣ ਦੀ ਲੋੜ ਹੈ ਤੇ ਇਹਦੇ ਬਾਰੇ ਅਗਰ ਭਗਵੰਤ ਮੇਰਾ ਮੈਂ ਓਪਨਲੀ ਕਹਿ ਰਿਹਾ ਭਗਵੰਤ ਮਾਨ ਜੀ ਮੈਨੂੰ ਯਾਰਾ ਨਾਇੰਦਰ ਪ੍ਰਤਾਪ ਨੂੰ ਬੁਲਾਉਣਗੇ ਤੇ ਐਮਐਸਪੀ ਦੀ ਪ੍ਰਪੋਜ਼ਲ ਅਸੀਂ ਦੇਾਂਗੇ ਕਿ ਕਿਵੇਂ ਖਰੀਦਿਆ ਜਾਊਗਾ ਔਰ ਇੱਕ ਬੜੀ ਵੱਡੀ ਸਿਰਦਰਦ ਸਰਕਾਰ ਦੀ ਖਤਮ ਕਰਨ ਦਾ ਮੈਂ ਦਾਵਾ ਕਰਦਾ ਬਿਲਕੁਲ ਕਰਾਂਗੇ ਨਹੀਂ ਤੁਹਾਡੇ ਕੋ ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਆ ਕਿਉਂਕਿ ਦੇਖੋ ਜਿਹੜੀ ਕੇਂਦਰ ਵਾਲੀ ਸਰਕਾਰ ਦਾ ਉਹਦੇ ਵੀ ਤੁਸੀਂ ਨੇੜੇ ਹੋ ਉਹ ਵੀ ਤੁਹਾਡੀ ਸਲਾਹ ਲੈ ਲੈਂਦੇ ਨੇ ਕਦੇ-ਕਦੇ ਜਾਂ ਕਿਸੇ ਇਸ਼ੂ ਦੇ ਉੱਤੇ ਇਹ ਤੁਹਾਨੂੰ ਕੀ ਲੱਗਦਾ ਹੈਗਾ ਤੁਸੀਂ ਸਲਾਮ ਮੁਫਤ ਚ ਵੰਡ ਦਿੰਦੇ ਨੇ ਉਹ ਜਾਂ ਫਿਰ ਉਹਨਾਂ ਨੂੰ ਲੱਗਦਾ ਕਿ ਰਾਣਾ ਗੁਰਜੀਤ ਜੀ ਕੰਮ ਦੇ ਬੰਦੇ ਨਹੀਂ ਇਹਨਾਂ ਨੇ ਬਣਾ ਕੇ ਰੱਖੋ ਸਰਕਾਰਾਂ ਨੂੰ ਵੀ ਇਦਾਂ ਹੁੰਦਾ ਦੇਖੋ ਗੱਲ ਇਹ ਹੈ ਕਿ ਵੀ ਕੇਂਦਰ ਸਰਕਾਰਸ ਤਾਂ ਆਪਣੀ ਮੇਰੀ ਪਰਸਨਲ ਤਾਂ ਕੋਈ ਹੈ ਨਹੀਂ ਔਰ ਚਰਚਾ ਚੱਲਦੀ ਆ ਪਤਾ ਨਹੀਂ ਕਿਉਂ ਚਰਚਾ ਤਾਂ ਚਲੋ ਜੇ ਬੰਦਾ ਬੰਦੇ 'ਚ ਕੁਝ ਤੱਤ ਹੋਊਗਾ ਤਾਂ ਚਰਚਾ ਚੱਲੂਗੀ ਮੈਂ ਖੁਸ਼ ਹਾਂ ਇਸ ਗੱਲ ਤੇ ਕਿ ਚਰਚਾ ਚੱਲਦੀ ਆ ਹਾਂਜੀ ਰਹੀ ਗੱਲ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਉਹਨਾਂ ਨੇ ਨਾ ਆਪਾਂ ਨੂੰ ਬੁਲਾਇਆ ਕਦੇ ਤੁਹਾਡੇ ਰਾਹੀਂ ਕਿਤੇ ਸਨੇਹਾ ਉਹਨਾਂ ਤੱਕ ਪਹੁੰਚ ਜਾਏ ਤਾਂ ਪਹੁੰਚ ਜਾਏ ਉਹ ਗੱਲ ਵੱਖਰੀ ਏ ਪਹੁੰਚੋਣਾ ਚਾਹੀਦਾ ਯਾਰ ਸਨੇਹਾ ਅਸੀਂ ਜੇ ਪੰਜਾਬ ਚ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਅਸੀਂ ਗੱਲਾਂ ਨਹੀਂ ਕਰਨੀਆਂ ਕੋਈ ਆਮ ਆਦਮੀ ਪਾਰਟੀ ਨਾਲ ਜਾਂ ਭਾਜਪਾ ਨਾਲ ਮੇਰੀ ਕੋਈ ਦੁਸ਼ਮਣੀ ਤੋਂ ਨਹੀਂ ਨਾ ਜੇ ਪੰਜਾਬ ਇਸ ਦੀ ਗੱਲ ਭਾਜਪਾ ਕਰੂਗੀ ਮੈਂ ਬਿਲਕੁਲ ਕਹੂੰਗਾ ਠੀਕ ਹੈ ਜੇ ਆਮ ਆਦਮੀ ਪਾਰਟੀ ਮੇਰੀ ਸਲਾਹ ਲੈ ਕੇ ਕੁਝ ਕਰਨਾ ਚਾਹੁੰਦੀ ਜਾਂ ਆਪਣੀ ਵੀ ਯਾਰ ਉਹਨਾਂ ਕੋ ਮਾਹਰ ਨੇ ਔਰ ਮੈਂ ਤਾਂ ਇਨਾ ਕਹਿਣਾ ਚਾਹੁੰਦਾ ਦੇਖੋ ਕਿਸਾਨਾਂ ਨੇ ਅਲਟੀਮੇਟਮ ਦਿੱਤਾ ਕਿ ਵੀ ਅਸੀਂ ਪਾਣੀ ਦੀ ਇੱਕ ਬੂੰਦ ਵੀ ਸਾਡੇ ਨਾਲ ਧੋਖਾ ਹੋਣ ਜਾ ਰਿਹਾ ਔਰ ਵਾਸਤਵ ਦੇ ਵਿੱਚ ਪਾਰ ਸਰਕਾਰ ਧੋਖਾ ਕਰਨਾ ਚਾਹ ਰਹੀ ਹੈ ਤੇ ਉਹਨੂੰ ਡੱਕਣ ਲਈ ਉਹਨਾਂ ਨੇ ਇਹ ਸਾਰਾ ਕੀਤਾ ਮੈਂ ਇਹ ਧੋਖੇ ਵੀ ਜਾਣਾ ਚਾਹਣਾ ਕਿ ਜਿੱਥੇ ਆਪਾਂ ਪਾਣੀ ਉਹਦੀ ਗੱਲ ਕਰਦੇ ਆ ਆਪਾਂ ਨੂੰ ਪਾਣੀ ਬਚਾਉਣ ਦੀ ਵੀ ਗੱਲ ਕਰਨੀ ਚਾਹੀਦੀ ਆ ਇੱਕ ਰਿਪੋਰਟ ਤਿਆਰ ਕੀਤੀ ਆ ਵਿਧਾਨ ਸਭਾ ਦੇ ਵਿੱਚ ਉੱਥੇ ਸਾਰੀ ਪਾਰਟੀਆਂ ਦੇ ਬੰਦੇ ਸੀ ਕੋਰਾ ਨੇ ਇਕੱਲਾ ਨਹੀਂ ਸੀ ਆਮ ਆਦਮੀ ਪਾਰਟੀ ਦਾ ਮੀਥੇਰ ਵੀ ਸੀ ਅਕਾਲੀ ਦਲ ਦੇ ਗੋਰਪ੍ਰਤਾ ਵਡਾਲਾ ਸਾਹਿਬ ਵੀ ਸੀਗੇ ਕਾਂਗਰਸ ਦੇ ਵੀ ਅਸੀਂ 4-5 ਸੀਗੇ ਤੇ ਅਸੀਂ ਸਾਰਿਆਂ ਨੇ ਮਿਲ ਕੇ ਰਿਪੋਰਟ ਬਣਾਈ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਕਿਸਾਨਾਂ ਨਾਲ ਡਿਸਕਸ ਕੀਤਾ ਜਾਵੇ ਹੋ ਸਕਦਾ ਸੀ ਉਹਦੇ ਵਿੱਚ ਪੁਆਇੰਟ ਪੂਰੇ ਕਵਰ ਹੀ ਨਾ ਕੀਤੇ ਹੋਣ ਕਿਸਾਨ ਹੋਰ ਕਿਸਾਨ ਜਿੱਥੇ ਬੰਦਿਆਂ ਨੂੰ ਦਿਖਾ ਕੇ ਉਹ ਸੋਧ ਲਿਆ ਕੇ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਇਹ ਨਹੀਂ ਕਿ ਦੋ ਭਰਾ ਜੇ ਅਲੱਗ-ਅਲੱਗ ਹੋ ਰਹੇ ਪਹਿਲਾਂ ਹੀ 14 ਲੱਖ ਟਿਊਬਲ ਤੇ ਦੋ ਭਲਾ ਅਲੱਗ-ਅਲੱਗ ਕਹੋ ਕਿ ਤੁਹਾਨੂੰ ਦੋਨਾਂ ਨੂੰ ਤੇ ਇੱਕ-ਇੱਕ ਟਿਊਬਲ ਲੈ ਲਓ ਇਹ ਚੱਲੀ ਸੀ ਗੱਲ ਇਹ ਕੱਲਾਂ ਗੱਲ ਤੇ ਨਹੀਂ ਸਾਨੂੰ ਰੈਸ਼ਨਲਾਈਜ਼ ਕਰਨਾ ਪਊਗਾ ਕਿ ਵੀ ਟਿਊਬਲ ਜਿਹਦੇ ਕੋ ਦੋ ਕਿੱਲੇ ਆ ਉਹਦਾ ਵੀ ਮੋਗਾ 6 ਇੰਚ ਦਾ ਤੇ ਜਿਹਦੇ ਕੋ 8 8 ਕਿੱਲੇ ਉਹਦੇ ਕੋ 4 ਇੰਚ ਦਾ ਯਾਰੋ 4 ਇੰਚ ਦੀ ਲੋੜ ਹੈ 8 ਇੰਚ ਦੀ ਲੋੜ ਹੈ 6 ਇੰਚ ਦੀ ਲੋੜ ਹੈ 2 ਇੰਚ ਦੇ ਪਾਣੀ ਦੀ ਲੋੜ ਹੈ ਜੇ ਕਿੱਲਾ ਆ ਉਹਦੇ ਚ ਵੀ 4 ਇੰਚ ਦਾ ਮੋਟਰ ਲੱਗੀ ਹੋਵੇ ਤੇ ਕੋਈ ਗੱਲ ਦਾ ਨਾ ਹੋਈ ਉਹ ਪਾਣੀ ਘੱਡੀ ਤੁਰੇ ਜਾਂਦਾ ਸੋ ਆਪਾਂ ਨੂੰ ਸਾਰੀਆਂ ਗੱਲਾਂ ਕਰਨੀਆਂ ਪੈਣੀਆਂ ਪਾਣੀ ਦੇ ਵਰਤੋਂ ਕਿਦਾਂ ਕੱਟ ਕੀਤੀ ਜਾਵੇ ਇਹਦੇ ਪਰੇ ਸਾਨੂੰ ਚਿੰਤਾ ਕਰਨੀ ਪੈਣੀ ਆ ਤੇ ਇਸ ਤੇ ਵਿਚਾਰ ਕਰਨਾ ਚਾਹੀਦਾ ਚਰਚਾ ਹੋਣੀ ਚਾਹੀਦੀ ਆ ਕਿਸਾਨਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਸਰਕਾਰ ਨੂੰ ਟਾਈਮ ਸਿਰ ਬਿਜਲੀ ਦੇਣੀ ਚਾਹੀਦੀ ਆ ਬੜੀਆਂ ਗੱਲਾਂ ਨੇ ਕਿਸਾਨਾਂ ਵਗੈਰ ਵੀ ਕੁਝ ਨਹੀਂ ਸਰਕਾਰਾਂ ਵਗੈਰ ਵੀ ਕੁਝ ਨਹੀਂ ਲੇਕਿਨ ਤਾਲ ਮੇਲਨਾ ਕਮ ਚੱਲਣਾ ਚਾਹੀਦਾ ਭਰਾਣਾ ਜੀ ਤੁਸੀਂ ਹੁਣ ਇਹਨੂੰ ਮੰਨਦੇ ਮੰਨਦੇ ਹੋ ਕਿ ਜੋ ਇਸ ਵੇਲੇ ਪੋਲਿਟਿਕਲ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ ਸਾਰੀਆਂ ਪੋਲਿਟਿਕਲ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਕਿਉਂਕਿ 2024 ਵੀ ਨੇੜੇ ਆ ਗਈ ਹੈ ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਤੇ ਇਸ ਵੇਲੇ ਪੰਜਾਬ ਤੁਹਾਨੂੰ ਕਿੱਥੇ ਖੜਾ ਨਜ਼ਰ ਆ ਰਿਹਾ ਹੈਗਾ ਤੇ ਇਹਦੇ ਬਾਰੇ ਤੁਹਾਡੀ ਕੀ ਉਮੀਦਾਂ ਨੇ ਪੰਜਾਬ ਤੋਂ ਦੇਖੋ ਗੱਲ ਇਹ ਆ ਕਿ ਪੰਜਾਬ ਕਰਜੇ ਏਟ ਕੋਈ ਕਿ ਇਹ ਤੋਂ ਪਹਿਲਾਂ ਨਹੀਂ ਸੀ ਜਾਂ ਕਰਜ਼ਾ ਵਾਪਸ ਕਰਨ ਲਈ ਕਰਜ਼ਾ ਨਹੀਂ ਲਿਆ ਜਾਂਦਾ ਸੀ ਸੀਗਾ ਬਟ ਹੁਣ ਤੇ ਬਿਲਕੁਲ ਹੀ ਸਾਰੇ ਬੰਨ ਟੁੱਟ ਗਏ ਹੁਣ ਆਪਾਂ ਨੂੰ ਸੋਚਣਾ ਚਾਹੀਦਾ ਕਿ ਯਾਰ ਇਹ ਕਰਜ਼ਾ ਲੈ ਬਿਨਾਂ ਕੰਮ ਕਿਦਾਂ ਚਲਾਇਆ ਜਾ ਸਕਦਾ ਖਰਚੇ ਕਿਵੇਂ ਕਟਾਏ ਜਾ ਸਕਦੇ ਫ੍ਰੀ ਬੀਜ਼ ਜਦੋਂ ਇੱਕ ਵਾਰ ਦਿਨੀਆਂ ਚਾਲੂ ਕਰਦੇ ਹੋ ਨਾ 300 ਯੂਨਿਟ ਫ੍ਰੀ ਪੰਜਾਬ ਨੇ ਕੀ ਕੀਤਾ ਹੁਣ ਸਾਰਾ ਹਿੰਦੁਸਤਾਨ ਕਰਨ ਨੂੰ ਤਿਆਰ ਹੋ ਗਿਆ ਕਿ ਵੋਟਾਂ ਚਾਹੀਦੀਆਂ ਕੀਕਾ ਵੋਟਾਂ ਵੀ ਚਾਹੀਦੀਆਂ ਲੇਕਿਨ ਸੂਬਾ ਵੀ ਚੱਲਣਾ ਚਾਹੀਦਾ ਗੰਭੀਰਤਾ ਨਾਲ ਸੋਚਦੇ ਹੋਏ ਲੋਕ ਖੇਤ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਵੀ ਦੇਣੀਆਂ ਪਰ ਆਮਦਨ ਕਿਦਾਂ ਵਧਾਈਏ ਆਪਣੇ ਸੂਬੇ ਦੀ ਇਹਦੇ ਤੇ ਗੌਰ ਹੋਣਾ ਚਾਹੀਦਾ ਰਾਣਾ ਜੀ ਸਵਾਲੇ ਹੁੰਦਾ ਖੜਾ ਬਹੁਤ ਸਾਰੇ ਲੋਕ ਵੀ ਸ਼ਾਇਦ ਅੱਜ ਇਸ ਇੰਟਰਵਿਊ ਦੇਖਣ ਤੋਂ ਬਾਅਦ ਟਿੱਪਣੀਆਂ ਕਰਦੇ ਨੇ ਕਿ ਆਪ ਰਾਣਾ ਜੀ ਜਦੋਂ ਸਰਕਾਰ 'ਚ ਸੀ ਸੱਤਾ 'ਚ ਸੀ ਉਦੋਂ ਕੁਝ ਨਹੀਂ ਹੋਇਆ ਤੇ ਹੁਣ ਵਿਰੋਧੀ ਧਿਰ 'ਚ ਬੈਠ ਕੇ ਉਹਨਾਂ ਸਲਾਹਾਂ ਦੇਂਦੇ ਨੇ ਇਹ ਇਸ ਨੂੰ ਪੁਆਇੰਟ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਕਿਹੜਾ ਤੁਹਾਡੇ ਕੋਲ ਉਸ ਟਾਈਮ ਤਰਕ ਹੈਗਾ ਉਹਨਾਂ ਲੋਕਾਂ ਨੂੰ ਤੁਹਾਡਾ ਕੀ ਜਵਾਬ ਦੇਖੋ ਗੱਲ ਆ ਸੱਤਾ ਦੇ ਵਿੱਚ ਹੋਈ ਏ ਆਪੋਜੀਸ਼ਨ ਚ ਹੋਈ ਏ ਤੇ ਪੰਜਾਬ ਜਾਂ ਕਿਸੇ ਵੀ ਸੂਬੇ ਚ ਤੁਹਾਨੂੰ ਜਿਸ ਜਿੱਥੇ ਦੇ ਲੋਕ ਤੁਹਾਨੂੰ ਚੁਣ ਕੇ ਭੇਜਦੇ ਆ ਉਹਦੇ ਬਾਰੇ ਯਾਰ ਤੁਹਾਡਾ ਫਰਜ਼ ਹੈ ਸੱਤਾ 'ਚ ਵੀ ਗੱਲਾਂ ਕੀਤੀਆਂ ਸੱਤਾ 'ਚ ਮੀਡੀਆ 'ਚ ਨਹੀਂ ਆਈ ਜਾਂਦਾ ਉਹ ਫਿਰ ਵਿਰੋਧ ਹੁੰਦਾ ਆਪਣੀ ਸਰਕਾਰ ਦਾ ਤੁਹਾਡਾ ਕੀ ਖਿਆਲ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਸਲਾਹਾਵਾਂ ਭਗਵੰਤ ਮਾਨ ਜੀ ਨੂੰ ਹੀ ਆਪਣੇ ਮੰਤਰੀ ਨੂੰ ਹੀ ਦਿੰਦੇ ਹੋਣਗੇ ਦਿੰਦੇ ਹੋਣਗੇ ਉਹ ਮੀਡੀਆ ਤੇ ਕਿਉਂ ਨਹੀਂ ਆਉਂਦੇ that is you are working against your government ਉਹ ਨਹੀਂ ਦਿਸਣਾ ਚਾਹੀਦਾ ਸੋ when you are in the opposition you can say anything ਪਰ ਤੁਹਾਡੀ ਲੋਕ ਜੀ anything ਦਾ ਮਤਲਬ ਇਹ ਨਹੀਂ ਕਿ ਮੈਂ ਕਹਦਾ ਮੈਂ ਇਹ ਗੰਦਾ ਉਹਦੇ ਆ ਕਰ ਲਿਆ ਉਹ ਕਰ ਲਿਆ ਯਾਰ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਲਈ ਆਪਾਂ ਸਮੱਸਿਆ ਹੈ ਸਮੱਸਿਆ ਤਾਂ ਸਾਰਿਆਂ ਨੂੰ ਪਤਾ ਉਹਦਾ ਸੁਝਾਅ ਦਿਓ ਸਲਾਹ ਮੇਰੀ ਜੇ ਸਲਾਹ ਕੋਈ ਹੈ ਜਿਹਦਾ ਹੱਲ ਨਹੀਂ ਉਹ ਕੋਈ ਸਲਾਹ ਨਹੀਂ ਹੈ ਜੇ ਮੈਂ ਉਹਦਾ ਸੋਲੂਸ਼ਨ ਨਹੀਂ ਦੱਸਦਾ ਉਹ ਕੋਈ ਸਲਾਹ ਨਹੀਂ ਹੈ ਜੇ ਸੋਲੂਸ਼ਨ ਹੈ ਤਾਂ ਫਿਰ ਯਾਰ ਆਵਾਜ਼ ਚੱਕਣਾ ਕੋਈ ਮਾੜੀ ਗੱਲ ਨਹੀਂ ਰਾਨੇ ਜੀ ਜਿਸ ਪਾਰਟੀ ਤੁਸੀਂ ਬੈਠੇ ਹੋ ਤੁਹਾਨੂੰ ਲੱਗਦਾ ਹੈ ਕਿ ਉਹ ਪੈਰਾਂ ਸਰ ਖੜੀ ਹੋ ਜੂਗੀ ਚਾਹੇ ਦੇਸ਼ ਦੇ ਵਿੱਚ ਚਾਹੇ ਪੰਜਾਬ 'ਚ ਯਾਰ ਦੇਖੋ ਦੇਸ਼ ਦੀ ਗੱਲ ਕਰ ਲਈਏ ਪਹਿਲਾਂ ਪੰਜਾਬ ਦੀ ਕਰਨੀ ਆ ਪਹਿਲਾਂ ਪੰਜਾਬ ਦੀ ਕਰ ਲਈਏ ਪੰਜਾਬ ਦੀ ਕਰ ਲੋ ਦੇਖੋ ਪੰਜਾਬ ਦੇ ਵਿੱਚ ਹੁਣੀ ਹੁਣੀ ਜਮਣੀ ਚੋਣ ਹੋ ਗਈ ਹੈ ਜਮਣੀ ਚੋਣ ਸਰਕਾਰ ਅ ਹੇ ਜਿੱਤਦੀ ਆ ਕੈਂਡੀਡੇਟ ਸਾਡਾ ਹਾਂਜੀ ਔਰ ਕੋਈ ਹੋ ਜਾਤ ਕੰਡਾ ਨਹੀਂ ਜਿਹੜਾ ਸਰਕਾਰ ਨੇ ਅਪਣਾਇਆ ਨਾ ਹੋਵੇ ਕਾਂਗਰਸ ਯੂनाइटेडली ਫਾਈਟ ਕੀਤੀ ਹੈ ਔਰ ਹਰ ਮੈਂ ਸਮਝਦਾ ਕਿ ਵੀ ਲੀਡਰਾਂ ਨਾ ਨਾ ਤੁਸੀਂ ਵਰਕਰਸ ਦੀ ਗੱਲ ਕਰੋ ਫਾਜ਼ਲ ਕਾ ਅਬੂਰ ਸੰਗਰੂਰ ਅਜੀ ਕੋ ਪਠਾਨਕੋਟ ਕੋ ਗੁਰਦਾਸਪੁਰ ਦੇ ਕੋਨੇ ਤਵਾਰਿਆ ਇਸ ਤਰ੍ਹਾਂ ਲੋਕ ਆਪ ਮਹਾਰੇ ਹੋ ਕੇ ਪੋਜਾਂ ਆਇਆ ਉਹਨਾਂ ਨੇ ਲੜਾਈ ਕੀਤੀ ਹਾਰਾਂ ਜਿੱਤਾਂ ਬਣੀਆਂ ਤੇ ਜਿਹਦੀ ਸਰਕਾਰ ਹੋਵੇ ਜਿੱਤ ਜਾਂਦੀ ਆ ਭਾਵੇਂ ਕੈਂਡੀਡੇਟ ਉਧਾਰਾਈ ਹੋਵੇ ਜੇ ਤੱਕੇ ਭਈ ਜੇ ਤੱਕੇ ਲੇਕਿਨ ਕਾਂਗਰਸ ਹੈਗੀ ਕਾਂਗਰਸ ਫੇਰ ਵੀ ਕਾਂਗਰਸ ਨੰਬਰ 2 ਤੇ ਸੀ ਲੇਕਿਨ ਨੰਬਰ 1 ਤੇ ਹੁੰਦੇ ਹੋਏ ਨੰਬਰ 2 ਤੇ ਆ ਗਏ ਸੀ ਹੋ ਜਾਂਦਾ ਕਈ ਵਾਰ ਦੇਸ਼ 'ਚ ਕਾਂਗਰਸ ਕਿੱਥੇ ਦੇਸ਼ ਦੇ ਵਿੱਚ ਕਰਨਾਟਕਾ ਤੁਹਾਡੇ ਸਾਹਮਣੇ ਆ ਆਉਣ ਵਾਲੀਆਂ ਚੋਣਾਂ ਰਾਜਸਥਾਨ ਮੱਧ ਪ੍ਰਦੇਸ਼ ਹਰਿਆਣਾ ਭਾਵੇਂ ਉਹ ਪਾਰਲੀਮੈਂਟ ਤੋਂ ਬਾਅਦ ਚ ਹੈ ਜਾਂ ਹੋਰ ਛੱਤੀਸਗੜ ਇਹਦੇ ਰਿਜ਼ਲਟ ਤੁਹਾਨੂੰ ਦੱਸ ਦੇਣਗੇ ਕਿ ਕਾਂਗਰਸ ਕਿੱਥੇ ਆ ਅੱਛਾ ਆਰਡੀਨੈਂਸ ਦੇ ਮੁੱਦੇ ਉੱਤੇ ਕੇਜਰੀਵਾਲ ਸਾਰੀਆਂ ਪਾਰਟੀਆਂ ਨੂੰ ਮਿਲ ਰਹੇ ਨੇ ਤੁਹਾਡੀ ਪਾਰਟੀ ਦੇ ਲੀਡਰਾਂ ਨੇ ਕਿਹਾ ਕਿ ਕੇਜਰੀਵਾਲ ਨਾਲ ਆਮ ਆਦਮੀ ਪਾਰਟੀ ਨਾਲ ਇਹਨਾਂ ਨਾਲ ਕਲਾਮ ਨਹੀਂ ਕਰਨੇ ਇਹਨਾਂ ਨਾਲ ਨਹੀਂ ਬੈਠਣਾ ਕਿਸੇ ਨਾਲ ਵੀ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਦੇਖੋ ਮੇਰਾ ਤਾਂ ਆਪਣਾ ਮੰਨਣਾ ਕਿ ਇਹ ਜਿਹੜਾ ਮੁੱਦਾ ਹੈ ਨਾ ਜੀ ਇਟ ਹੈਸ ਟੂ ਬੀ ਐਡਰੈਸਡ ਐਟ ਦੀ ਸੈਂਟਰ ਲੈਵਲ ਸਾਡੀ ਪਾਰਟੀ ਨੇ ਜੋ ਆਪਣੇ ਵਿਊਜ਼ ਦਿੱਤੇ ਆ ਵੈਸ ਤੇ ਲੀਡਰ ਹੁਣ ਸੀਐਲਪੀ ਬੋਲ ਸਕਦਾ ਜਾਂ ਪ੍ਰਧਾਨ ਬੋਲ ਸਕਦਾ ਬਾਕੀਆਂ ਦਾ ਬੋਲਿਆ ਤਾਂ ਐਵੇਂ ਅਸੀਂ ਉਹਨਾਂ ਨੂੰ ਸਲਾਹ ਦੇ ਸਕਦੇ ਆ ਲੇਕਿਨ ਸਾਡਾ ਪੂਰਣਾ ਨਹੀਂ ਬਣਦਾ ਤੁਹਾਡੀ ਪਾਰਟੀ ਚ ਸਭ ਕੁਝ ਠੀਕ ਚੱਲ ਰਿਹਾ ਹੈ ਇਸ ਵੇਲੇ ਮੇਰੇ ਖਿਆਲ ਨਾਲ ਬਹੁਤ ਵਧੀਆ ਚੱਲ ਰਿਹਾ एवरीथिंग ਇਜ਼ ਇਨ ਆਰਡਰ ਪਾਰਟੀਆਂ ਦੇ ਕੋ ਵਾਲੇ ਸਾਲ ਸਵਾ ਸਾਲ ਤਾਂ ਹੋਇਆ ਅੱਲੇ ਦਹਲੀ ਮੂਰੀ ਖਤਮ ਹੋਇਆ ਨਾ ਦਾ ਆਮ ਆਦਮੀ ਪਾਰਟੀ ਦਾ ਉਹਦੇ ਬਾਅਦ ਹੁਣ ਤੁਹਾਨੂੰ ਪਤਾ ਲੱਗ ਜਾਏਗਾ ਜਦੋਂ ਐਮਪੀ ਦੀਆਂ ਚੋਣਾਂ ਆਈਆਂ ਕੌਣ ਕੌਣ ਕਿਤਨੇ ਪਨੀਵੇਂ ਕਾਂਗਰਸ ਵੀ ਟੂ ਵੈਰੀ ਵੈਲ ਤੁਹਾਡੇ ਨਾਲ ਵੀ ਬਹੁਤ ਲੋਕਾਂ ਦੀ ਹਜੇ ਵੀ ਨਾਰਾਜ਼ਗੀ ਹੈਗੀ ਹੈ ਪਾਰਟੀ ਦੇ ਵਿੱਚ ਖੁੱਲਕੇ ਵੀ ਮੀਡੀਆ ਚ ਆ ਕੇ ਬੋਲਦੇ ਨੇ ਕੋਈ ਗੱਲ ਨਹੀਂ ਜੋ ਦੇ ਰਹਿਣ ਇਹਨਾਂ ਕਰਕੇ ਹੀ ਆਪਾਂ ਚੜਾਈਆਂ ਤੇ ਆ ਚਲੋ ਬਹੁਤ ਸ਼ੁਕਰੀਆ ਰਣਾ ਜੀ ਸਮਾਂ ਦਿੱਤਾ ਧੰਨਵਾਦ ਥੈਂਕ ਯੂ ਜੀ ਤਾਂ ਰਾਣਾ ਗੁਰਜੀਤ ਸਿੰਘ ਜੀ ਹੋਰਾਂ ਦੇ ਨਾਲ ਗੱਲਬਾਤ ਅਸੀਂ ਕੀਤੀ ਹੈ ਤੇ ਖੁੱਲਕੇ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਤੇ ਨਾਲ ਦੇ ਨਾਲ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਪਾਰਟੀ ਲਾਈਨ ਨੂੰ ਕ੍ਰੋਸ ਕਰਕੇ ਵੀ ਉਹ ਸਰਕਾਰ ਦੀ ਹਮਾਇਤ ਕਰਨਗੇ ਜੇ ਕੋਈ ਪੰਜਾਬ ਦੇ ਹਿੱਤੇ ਵਿੱਚ ਸਰਕਾਰ ਕੋਈ ਅੱਛਾ ਕੋਈ ਚੰਗਾ ਫੈਸਲਾ ਲੈ ਕੇ ਆਉਂਦੀ ਹੈ ਕੈਮਰਾਮੈਨ ਰਿੱਕੀ ਵਰਮਾ ਦੇ ਨਾਲ ਮੈਨੂੰ ਨਾਨਤਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵਿਕਦਰੋ ਪ੍ਰਾਈਮੇਰੀ ਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡਾ ਜੀ